ਮੇਰਾ ਛੋਟਾ ਵੀਰ ਆ ਬੱਚੀ ਫੂਲੇਵਾਲ, ਫਸਟ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖੇਡ ਕੇ ਆਇਆ ਵਾ, ਔਰ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ, ਔਰ ਜਿਨ੍ਹਾਂ ਨੇ ਇਸ ਦੇ ਜਾਣ ਦੇ ਵਿੱਚ ਸਹਿਯੋਗ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਪੂਰੇ ਨਗਰ ਦਾ ਧੰਨਵਾਦ ਕਰਦੇ ਹਾਂ, ਔਰ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਇਹ ਅੱਜ ਪਰਤੇ ਆ, ਔਰ ਮੈਂ ਬਹੁਤ ਖੁਸ਼ ਹਾਂ ਕਿ ਸਾਡੇ ਫੂਲੇਵਾਲ ਪਿੰਡ ਦਾ ਨਾਮ ਰੋਸ਼ਨ ਹੋਇਆ, ਸਾਡੇ ਫੂਲੇਵਾਲ ਪਿੰਡ ਦੇ ਵਿੱਚ ਇੱਕ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ, ਔਰ ਮੈਂ ਪੂਰੇ ਨਗਰ ਦਾ, ਪਿੰਡ ਵਾਸੀਆਂ ਦਾ, ਪੂਰੀ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨਾਂ ਭਰਮਾ ਸਵਾਗਤ ਕੀਤਾ, ਔਰ ਇਸ ਨੌਜਵਾਨ ਦਾ ਉਤਸ਼ਾਹ ਵਧਾਉਣ ਦਾ ਕਰਕੇ ਪੂਰਾ ਨਗਰ ਅੱਜ ਪੂਰਾ ਖੁਸ਼ ਹੈ ਜੀ। ਮੈਂ ਨਿਊਜ਼ੀਲੈਂਡ ਗਿਆ ਸੀ ਭਾਈ ਖੇਡਣ, ਆਪਾਂ ਉਹਦੇ ਭਾਈ ਬੈਸਟ ਪਰਫਾਰਮੈਂਸ ਦੇਣੀ ਹੈ, ਬੈਸਟ ਕਬੱਡੀ ਪਲੇਅਰ ਆ ਮੈਂ, ਹਾਂਜੀ ਰੇਡਰ ਆ, ਬੈਸਟ ਬੈਸਟ ਰੇਡਰ ਆ, ਹਾਂਜੀ ਹਰੇਕ ਉੱਥੇ ਸਿਟੀਆਂ ਚ ਕੱਪ ਹੁੰਦੇ ਆ, ਫੈਡਰੇਸ਼ਨਾਂ ਦੇ ਕੱਪ ਹੁੰਦੇ ਆ, ਆਪਾਂ ਹਰੇਕ ਫੈਡਰੇਸ਼ਨ ਦੇ ਫਸਟ ਹੀ ਰਹੀ, ਬੈਸਟ ਰਿਹਾ ਆਪਣਾ। ਆਪਾਂ ਭਾਈ ਗਏ ਸੀ ਅਪ੍ਰੈਲ ਚ, ਗਏ ਸੀ ਮਾਰਚ, 20 ਮਾਰਚ ਨੂੰ ਗਏ ਸੀ ਭਾਈ, ਅੱਜ ਵਾਪਸ ਭਾਈ 6 ਕੱਪ ਹੋਏ, ਹਾਂਜੀ 2 ਮਿਸ ਹੋ ਗਏ ਸੀ, ਮੈਂ ਲੇਟ ਹੋ ਗਿਆ ਸੀ, ਤੇ 4 ਖੇਡੇ ਬੈਸਟ ਰਿਹਾ, 4 ਬੈਸਟ ਖੇਡੇ ਹਨਾ, ਤੇ ਉਹਦੇ ਵਿੱਚ ਤੁਸੀਂ ਬੈਸਟ ਕੀ ਜਾਫੀ ਰਹੇ, ਰੇਡਰ ਰੇਡਰ ਭਾਈ, ਆਪਣਾ ਪਰਫਾਰਮੈਂਸ ਵਧੀਆ ਰਿਹਾ, ਬੈਸਟ ਰੇਡਰ ਰਹੇ ਭਾਈ, ਠੀਕ ਹੈ। ਕਿੱਦਾਂ ਫੀਲ ਕਰ ਰਹੇ ਹੋ, ਯਾਨੀ ਕਿ ਫਸਟ ਟਾਈਮ ਜੇ? ਬਹੁਤ ਵਧੀਆ ਭਾਈ, ਪਿੰਡ ਦੇ ਨੇ ਬਹੁਤ ਮਾਣਦਾਨ ਕੀਤਾ, ਬਾਕੀ ਮੁੰਡੇ ਯਾਰਾ ਦੋਸਤਾਂ ਨੇ ਬਹੁਤ ਮਾਣ ਕੀਤਾ। ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੇਡ ਕੇ ਆਏ ਹੋ ਭਾਈ? ਫਸਟ ਵਾਰੀ ਨਿਊਜ਼ੀਲੈਂਡ ਖੇਡੀ। ਅੱਛਾ, ਤੇ ਕੋਈ ਕਿਸੇ ਦੀ ਸਪੋਰਟ ਰਹੀ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ, ਹੈਲਪ ਕੀਤੀ ਹੋਵੇ ਜਾਂ ਕਿਦਾਂ ਦੀ? ਭਾਈ ਸਪੋਰਟ ਸਾਰੇ ਭਰਾਵਾਂ ਦੀ ਆ, ਆ ਬੰਦਾ ਆਪਣੇ ਨਾਲ ਬਹੁਤ ਖੜਿਆ ਭਾਈ, ਠੀਕ ਹੈ, ਹਾਂਜੀ, ਬਾਕੀ ਆਪਣੇ ਬਾਪੂ ਮਾਮੇ ਆਪਣਾ ਸਾਰਿਆਂ ਦੀ ਸਪੋਰਟ ਆ। ਕਿਹੜੀ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ? ਮੈਂ ਭਾਈ ਗੁੱਜਰਾਂ ਭਾਈ, ਗੁੱਜਰੀ ਬਾਬਾ। ਗੁੱਜਰ ਕਮਿਊਨਿਟੀ ਚ ਇਸ ਤੋਂ ਪਹਿਲਾਂ ਕੋਈ ਖੇਡਣ ਗਿਆ? ਹਾਂਜੀ ਭਾਈ, ਆਪਣਾ ਮੱਖਣ। ਅੱਛਾ, ਮੱਖਣ ਜੀ, ਇਹ ਵੀ ਗਏ? ਹਾਂਜੀ, ਇਹ ਨਸ਼ੇ ਪੱਤਿਆਂ ਤੋਂ ਬਚੋ ਭਾਈ, ਆਪਣੇ ਕਬੱਡੀ ਵਾਲਾ ਆਓ ਭਾਈ, ਬਾਕੀ ਘਰ ਫੈਮਿਲੀ ਦੀ ਸਪੋਰਟ ਜ਼ਿਆਦਾ ਚਾਹੀਦੀ ਭਾਜੀ, ਜਿੱਦਾਂ ਭਾਈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਆ ਭਾਜੀ, ਕਿ ਜਿੱਦਾਂ ਆਪਾਂ ਫੈਮਿਲੀ ਜ਼ਿਆਦਾਤਰ ਸਪੋਰਟ ਨਹੀਂ ਕਰਦੇ ਨਿਆਣੇ, ਨਿਆਣੇ ਫਿਰ ਗਲਤ ਮਰ ਜਾਂਦੇ ਆ, ਹਾਂਜੀ, ਜ਼ਿਆਦਾ ਮਾਂ ਪਿਓ ਸਪੋਰਟ ਕਰੂਗੇ ਭਾਜੀ, ਹਰੇਕ ਭਾਜੀ ਕਾਮਯਾਬ ਹੋ। ਅਸੀਂ ਦੱਸ ਹੀ ਨਹੀਂ ਸਕਦੇ ਜੀ, ਸਾਨੂੰ ਇੰਨੀ ਕੁ ਖੁਸ਼ੀ ਆ ਕਿ ਇਹ ਮੁੰਡੇ ਨੇ ਸਾਡੇ ਫੂਲੇਵਾਲ ਦਾ ਨਾਂ ਰੋਸ਼ਨ ਕੀਤਾ, ਸਾਨੂੰ ਬਹੁਤ ਬਹੁਤ ਖੁਸ਼ੀ ਆ ਵੀ ਅਸੀਂ ਸਾਰੇ ਬੱਚੇ ਤੱਕ ਬੀਬੀਆਂ ਤੱਕ ਸਾਡੇ ਸਾਰੇ ਖੁਸ਼ ਆ ਕਿ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ, ਤੇ ਅਸੀਂ ਜੋ ਵੀ ਇਹ ਕਰਦਾ ਅਸੀਂ ਅੱਗੇ ਵੀ ਇਹਦੇ ਨਾਲ ਸਹਿਯੋਗ ਦੇਈਦਾ ਜਿੰਨੇ ਚੁੱਕੇ ਹੈਗੇ ਆ, ਗਾਂ ਵੀ ਜਿੱਦਾਂ ਹੋਏਗਾ ਅਸੀਂ ਵੱਧ ਤੋਂ ਵੱਧ ਇਹਦੇ ਨਾਲ ਕਰਾਂਗੇ, ਤੇ ਮਹਾਰਾਜੇ ਨੂੰ ਤੰਦਰੁਸਤੀਆਂ ਬਖਸ਼ੇ ਤੇ ਬੁਲੰਦੀਆਂ ਨੂੰ ਜਾਏ, ਵਧੀਆ ਕਾਰੋਬਾਰ ਕਰੇ, ਤੇ ਸੋਹਣਾ ਮੁੰਡਾ ਖੇਡਦਾ ਆ, ਕੋਈ ਸਿਫਤ ਨਹੀਂ ਇਹਦੀ ਕਰਨ ਨਾਲ, ਪਰਿਵਾਰ ਬਹੁਤ ਵਧੀਆ, ਭਲਵਾਨ ਦਾ ਧੰਨਵਾਦ ਜ਼ਿਆਦਾ ਵੀ ਜਿਹਨੇ ਮੁੰਡਾ ਇੱਦਾਂ ਦਾ ਫੁੱਲੇਵਾਲ ਨੂੰ ਦਿੱਤਾ, ਭਲਵਾਨ ਦਾ ਧੰਨਵਾਦ ਸਭ ਤੋਂ ਜ਼ਿਆਦਾ। ਮੈਂ ਤਾਂ ਇਹੋ ਗੱਲ ਕਹਾਂਗਾ ਕਿ ਬਹੁਤ ਬਹੁਤ ਧੰਨਵਾਦ ਆਪਣੇ ਪਿੰਡ ਦੇ ਸਹਿਯੋਗ ਦਾ, ਕਿ ਪਿੰਡ ਦੇ ਸਹਿਯੋਗ ਨਾਲ ਹੀ ਸਭ ਕੁਛ ਹੁੰਦਾ ਆ, ਅਤੇ ਮੈਂ ਇਹ ਕਹਾਂਗਾ ਕਿ ਅੱਗੇ ਵੀ ਇਸ ਪਿੰਡ ਦਾ ਨਾਂ ਜਿਹੜਾ ਆ ਇੱਦਾਂ ਹੀ ਉੱਚਾ ਕਰਦਾ ਰਹੇ, ਇੱਦਾਂ ਹੀ ਚੱਲਦਾ ਰਹੇ, ਇੱਦਾਂ ਹੀ ਵਧੀਆ ਖੇਡਦਾ ਰਹੇ, ਅਤੇ ਪਿੰਡ ਦਾ ਨਾਂ ਜਿਹੜਾ ਰੋਸ਼ਨ ਹੁੰਦਾ ਰਹੇ। ਤੁਸੀਂ ਕੰਮ ਕਰਦੇ ਹੋ? ਮੈਂ ਐਵੇਂ ਘੁਲਦਾ ਰਿਹਾ ਪਹਿਲਾਂ, ਫਿਰ ਹੁਣ ਆਪਣਾ ਕਾਰੋਬਾਰ ਕਰਦੇ ਹੋਏ ਆ, ਜਾਂ
ਨਸ਼ੇ ਪੱਤੇ ਤੇ ਲੱਗੇ ਹੋਏ ਆ, ਪਰ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਤੁਸੀਂ ਵੀ ਘੁਲਦੇ ਰਹੇ ਹੋ, ਹੁਣ ਤੁਹਾਡਾ ਬੇਟਾ ਜਿਹੜਾ ਵਾ ਕਬੱਡੀ ਦੇ ਵਿੱਚ ਆ, ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੇ ਹੋਰ ਇਹ ਜੇ ਆਪਾਂ ਗੱਲ ਕਰੀਏ ਹੋਰ ਕਿੱਥੇ ਕਿੱਥੇ ਖੇਡ ਰਹੇ ਜਾਂਗੇ? ਬਹੁਤ ਜੀ ਉਮੀਦ ਆ ਕਿ ਸਾਰੇ ਹੀ ਵਰਲਡ 'ਚ ਵੀ ਖੇਡੂਗਾ ਔਰ ਬਾਹਰ ਵੀ ਸਾਰੇ ਮੁਲਕਾਂ 'ਚ ਖੇਡੂਗਾ। ਅੱਗੇ ਆਪਾਂ ਜਾਂ ਮੇਰਾ ਇਹ ਵੀ ਖੇਡ ਕੇ ਆਇਆ, ਪੁੱਤ ਮੇਰਾ ਇਹ ਵੀ ਖੇਡ ਕੇ ਆਇਆ, ਜਿੱਦਾਂ ਸਾਡਾ ਸਾਰਾ ਪਰਿਵਾਰ ਹੋਰ ਵੀ ਪਰਿਵਾਰ ਜਿੱਦਾਂ ਖੇਡਦਾ ਪਿਆ ਆ, ਫਰਿਆਦ ਹੋਣੀ ਉਹ ਵੀ ਸਾਡਾ ਪਰਿਵਾਰ ਆ, ਲੇਕਿਨ ਆਪਣੇ ਪਰਿਵਾਰ 'ਚ ਵੀ ਸਾਰੇ ਖੇਡਦੇ ਪਏ ਆ ਅਤੇ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਜਿੱਦਾਂ ਸਾਡੇ ਸਾਰੇ ਪਿੰਡ ਦੇ ਵਿੱਚ ਜਿੱਦਾਂ ਖੁਸ਼ੀ ਦਾ ਆਲਮ ਹੈ, ਸਾਰੇ ਬੱਚੇ ਬੱਚੇ ਵਿੱਚ ਉਤਸ਼ਾਹ ਹੈਗਾ। ਅਤੇ ਦੂਸਰਾ ਇਹ ਜਿਹੜਾ ਉਪਰਾਲਾ ਅਸੀਂ ਕਰ ਰਹੇ ਹਾਂ ਇਸ ਬੱਚੇ ਨੂੰ ਹਾਈਲਾਈਟ ਕਰਨ ਲਈ, ਦੂਸਰਾ ਇਹ ਹੈ ਕਿ ਇਹਨੂੰ ਦੇਖ ਕੇ ਜਿੱਦਾਂ ਸਾਰੇ ਬੱਚੇ ਜਿਹੜੇ ਹੈਗੇ ਹੋਰ ਉਹਨਾਂ ਦੇ ਵਿੱਚ ਇੱਦਾਂ ਦਾ ਉਤਸ਼ਾਹ ਪੈਦਾ ਹੋਵੇ, ਸਾਡੇ ਪਿੰਡ ਦੇ ਵਿੱਚ ਹੋਰ ਵੀ ਕੋਈ ਨੌਜਵਾਨ ਉੱਠੇ ਕਿ ਜਿਹਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਬਹੁਤ ਜ਼ਿਆਦਾ ਇੱਜ਼ਤ ਬਣਦੀ ਆ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਜ਼ਤ ਬਣਦੀ ਹੈਗੀ ਆ, ਸਾਡੇ ਪਿੰਡ ਸਾਡੇ ਏਰੀਏ ਦੇ ਵਿੱਚ ਪੂਰਾ ਮਾਣ ਹੈ ਸਾਨੂੰ। ਇਸ ਬੱਚੇ ਨੇ ਸਾਡੇ ਪਿੰਡ ਦਾ ਪੂਰਾ ਸਿਰ ਉੱਚਾ ਕੀਤਾ ਅਤੇ ਇਸ ਦੇ ਨਾਲ ਨਾਲ ਹੋਰ ਵੀ ਸਾਡੇ ਪਿੰਡ ਤੋਂ ਸਾਡੇ ਪਰਿਵਾਰ 'ਚੋਂ ਬੱਚਾ ਹੈਗਾ ਵਰਲਡ ਚੈਂਪੀਅਨ ਹੈਗਾ ਲਵਪ੍ਰੀਤ ਸਿੰਘ ਬੋਡੀ ਬਿਲਡਰ, ਜੋ ਕਿ ਦੋ ਵਾਰੀ ਵਰਲਡ ਚੈਂਪੀਅਨਸ਼ਿਪ ਜਿੱਤ ਚੁੱਕਾ ਦੋ ਵਾਰ। ਅਤੇ ਬਾਕੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦਾ ਨਾਂ ਬਹੁਤ ਉੱਚਾ ਕਰ ਰਹੇ ਆ ਬੱਚੇ, ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ, ਅਸੀਂ ਬਹੁਤ ਖੁਸ਼ ਹਾਂ ਸਾਰੇ। ਹਾਂਜੀ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਵੀ ਇਹਨਾਂ ਦਾ ਬਣਦਾ ਮਾਣ ਸਤਿਕਾਰ ਤਾਂ ਸ਼ਾਇਦ ਨਹੀਂ ਕਰ ਸਕਦੇ ਅਸੀਂ, ਪਰ ਫਿਰ ਵੀ ਸਾਡੀ ਕੋਸ਼ਿਸ਼ ਆ, ਅਸੀਂ ਜਿੰਨਾ ਵੀ ਕਰ ਸਕਦੇ ਹਾਂ ਕਰ ਰਹੇ ਹਾਂ, ਅਤੇ ਇਸ ਕਰਕੇ ਵੀ ਕਰ ਰਹੇ ਹਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਜਿਸ ਤਰ੍ਹਾਂ ਇਹ ਇਸ ਬੱਚੀ ਨੇ ਨਾਂ ਉੱਚਾ ਕੀਤਾ ਸਾਡੇ ਪਿੰਡ ਦਾ, ਅਤੇ ਕੋਈ ਹੋਰ ਵੀ ਬੱਚਾ ਜਿਹੜਾ ਹੈਗਾ ਨਸ਼ੇ ਪੱਤੇ ਤੋਂ ਹਟ ਕੇ ਪਿੱਛੇ ਹੋ ਸਕਦਾ ਕਿ ਇਸ ਲਾਈਨ 'ਤੇ ਆ ਜਾਵੇ।